ਬਸ ਉਹਨਾਂ ਦੀ ਜਿੱਤ ਹੋਵੇ, ਕਿਉਂਕਿ ਜਿਹੜੀਆਂ ਸਕੀਮਾਂ ਉਹਨਾਂ ਨੇ ਕੱਢੀਆਂ ਸੀ ਉਹ ਹੁਣ ਸਾਨੂੰ ਬਿਲਕੁਲ ਵੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ। ਆਂਗਨਵਾੜੀ ਸਕੂਲ ਬੰਦ, ਬਿਜਲੀ ਦੇ ਬਿੱਲ ਮਾਫ਼ ਬੰਦ, ਸਾਰਾ ਕੁਛ ਬੰਦ ਹੈ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਅਕਾਲੀ ਦਲ ਦੀ ਹੀ ਬਣੇ ਸਰਕਾਰ ਆਵੇ। ਅਸੀਂ ਤਾਂ ਹਾਂਜੀ ਅਸੀਂ ਤਾਂ ਜ਼ੋਰ ਸ਼ੋਰ ਨਾਲ ਇਹੀ ਕਹਿੰਦੇ ਹਾਂ ਕਿ ਅਕਾਲੀ ਦਲ ਦੀ ਹੀ ਸਰਕਾਰ ਆਵੇ, ਕਿਉਂਕਿ ਉਹਨਾਂ ਦੇ ਵਿੱਚ ਕੁੜੀਆਂ ਨੂੰ ਵਿਆਹ ਵਾਸਤੇ ਸਾਰਾ ਕੁਛ ਉਹਨਾਂ ਨੇ ਸਕੀਮਾਂ ਕੱਢੀਆਂ ਬਹੁਤ ਵਧੀਆ ਵਧੀਆ, ਸਾਨੂੰ ਕੁਛ ਵੀ ਸੁਵਿਧਾ ਨਹੀਂ ਦਿੱਤੀ ਜਾ ਰਹੀ। ਸਾਡੇ ਨਾਲ ਵਾਅਦੇ ਕੀਤੇ ਉਹਨਾਂ ਨੇ, ਕਾਂਗਰਸੀਆਂ ਨੇ, ਕੋਈ ਸਾਡਾ ਵਾਅਦਾ ਕੋਈ ਪੂਰਾ ਨਹੀਂ ਹੈ। ਸਾਨੂੰ ਨਾ ਬਿਜਲੀ ਦੇ ਬਿੱਲ ਮਾਫ਼ ਹੈ, ਨਾ ਕੁਛ। ਗਰੀਬਾਂ ਦਾ ਮਸੀਹਾ ਬਾਦਲ ਸਾਹਿਬ, ਇਹ ਅੱਜ ਆਪਾਂ ਹੱਕ ਨਾਲ ਕਹਿੰਦੇ ਹਾਂ ਕਿ ਬਾਦਲ ਸਾਹਿਬ ਗਰੀਬਾਂ ਦਾ ਮਸੀਹਾ। ਕਣਕ ਦੀ ਸੁਵਿਧਾ ਜਦੋਂ ਮੈਂ ਆਈ ਉਹਨਾਂ ਨੇ ਸਿਰਫ ਇੱਦਾਂ ਕੀਤਾ ਸੀ, ਮੈਂ ਕਿਹਾ ਸਾਰੇ ਆਉਂਦੇ ਵਾਅਦੇ ਕਰਦੇ ਆ ਚਲੇ ਜਾਂਦੇ ਆ, ਲੇਕਿਨ ਬਟ ਮੈਂ ਉਹਨਾਂ ਨੂੰ ਦੇਖਿਆ ਇੱਦਾਂ ਕਰਦੇ, ਅਤੇ ਉਹਨਾਂ ਨੇ ਇੱਦਾਂ ਕੀਤਾ ਫਿਰ ਇੱਦਾਂ ਕੀਤਾ। ਕਣਕ ਸਾਨੂੰ 4 ਰੁਪਏ ਕਿਲੋ ਮਿਲੇਗੀ, ਅਸੀਂ ਕਹਿੰਦੇ ਸੀ ਝੂਠੇ ਵਾਅਦੇ ਨੇ, ਪਰ ਉਹਨਾਂ ਨੇ ਸੱਚ ਕਰਕੇ ਦਿਖਾਏ। ਉਹਨਾਂ ਨੇ ਸਾਨੂੰ ਹੋਰ ਸਕੀਮਾਂ ਦਿੱਤੀਆਂ ਗਰੀਬਾਂ ਵਾਸਤੇ, ਉਹ ਸਾਡੇ ਰੱਬ ਨੇ। ਬਸ ਮੈਂ ਬਹੁਤਾ ਨਾ ਕਹਿੰਦੇ ਹੋਏ ਉਹਨਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਸਰਕਾਰ ਬਾਦਲ ਸਾਹਿਬ ਦੁਆਰਾ ਆਉਣ। ਬਸ ਬਾਦਲ ਸਾਹਿਬ ਨੇ ਜੋ ਕਿਹਾ ਉਹ ਕੀਤਾ, ਜੇ ਅੱਜ ਸ਼ਗਨ ਸਕੀਮ ਪੰਜਾਬ 'ਚ ਲਾਗੂ ਕੀਤੀ ਹੈ ਬਾਦਲ ਸਾਹਿਬ ਨੇ ਕੀਤੀ ਹੈ, ਆਟਾ ਦਾਲ ਸਕੀਮ ਲਾਗੂ ਕੀਤੀ ਹੈ ਬਾਦਲ ਸਾਹਿਬ ਨੇ ਕੀਤੀ ਹੈ, ਜੇ ਗਰੀਬ ਨੂੰ 200 ਯੂਨਿਟ ਮੁਫ਼ਤ ਦਿੱਤਾ ਬਾਦਲ ਸਾਹਿਬ ਨੇ ਦਿੱਤਾ, ਜੇ ਗਰੀਬ ਲਈ ਮੁਫ਼ਤ ਵਿੱਦਿਆ ਕੀਤੀ ਹੈ ਬਾਦਲ ਸਾਹਿਬ ਨੇ ਕੀਤੀ ਹੈ, ਕਾਂਗਰਸ ਨੇ ਕੀ ਦਿੱਤਾ, ਜਿਹੜਾ ਬਾਦਲ ਸਾਹਿਬ ਨੇ ਦਿੱਤਾ ਉਹ ਖੋ ਲਿਆ। ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।